ਸੋ 10ਵੀਂ ਜਮਾਤ ਦਾ ਪੰਜਾਬੀ A ਦਾ ਟਰਮ 2 ਦਾ ਫਰਵਰੀ ਮਾਰਚ ਵਿੱਚ ਜਿਹੜੇ ਤੁਹਾਡੇ ਪੇਪਰ ਹੋਣੇ ਨੇ ਉਹਨਾਂ ਦਾ ਇੱਕ ਮੌਡਲ ਟੈਸਟ ਪੇਪਰ ਆ। ਇਹਨਾਂ ਮੂਨਾ ਪ੍ਰਸ਼ਨ ਪੱਤਰ ਆ। ਠੀਕ ਹੈ। ਸੋ ਬਹੁਤ ਇੰਪੋਰਟੈਂਟ ਹੈ ਇਹਨਾਂ ਨੂੰ ਬਿਲਕੁਲ ਨਾ ਛੱਡਿਓ। ਪਹਿਲਾਂ ਸਭ ਤੋਂ ਪਹਿਲਾਂ ਆਪਣੇ ਸਾਰੇ ਸਿਲੇਬਸ ਦੀ ਤਿਆਰੀ ਕਰਿਓ ਉਸ ਤੋਂ ਬਾਅਦ ਇਸ ਨੂੰ ਅਟੈਂਪਟ ਕਰਿਓ। ਲਿਖਤੀ ਅੰਕ ਤੁਹਾਡੇ ਕੋਲੇ 35 ਨੇ। ਸਮਾਂ ਤੁਹਾਡੇ ਕੋਲੇ 3 ਘੰਟਿਆਂ ਦਾ। ਪਹਿਲਾ ਕੁਐਸਚਨ 2 ਅੰਕ ਦਾ। ਸੁੰਦਰ ਲਿਖਾਈ। ਸੈਕਿੰਡ ਪ੍ਰਸ਼ਨ ਪੱਤਰ ਦੇ ਕੁੱਲ 9 ਪ੍ਰਸ਼ਨ ਹੋਣਗੇ ਸਾਰੇ ਪ੍ਰਸ਼ਨ ਨੂੰ ਹੱਲ ਕਰਨਾ ਲਾਜ਼ਮੀ ਹੋਏਗਾ ਥੈਨ ਤੁਹਾਨੂੰ ਪਤਾ ਹੈ ਕਿ ਸੁੰਦਰ ਲਿਖਾਇ ਦੇ 2 ਅੰਕ ਨੇ ਇਸ ਕਰਕੇ ਇਸ ਨੂੰ ਦੇਖਦੇ ਹੋਏ ਹੀ ਅਟੈਂਪਟ ਕਰਨਾ ਪੇਪਰ ਥੈਨ ਪ੍ਰਸ਼ਨਾਂ ਦੇ ਉੱਤਰ ਦੇਣੀ ਨੇ ਟੀਕੇ ਤੁਹਾਡੇ ਸਾਹਮਣੇ ਆ ਜਫਰਨਾਮਾ ਡੈਸ਼ ਨੇ ਲਿਖਿਆ ਹੋਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੋਆ ਰਕਸ਼ੀ ਵਾਲੀ ਦੀ ਪਤਨੀ ਦਾ ਨਾਮ ਤਾਰੋਸੀ ਕੀ ਇਹ ਕਥਨ ਸਹੀ ਹੈ ਬਿਲਕੁਲ ਸਹੀ ਹੈ ਬਾਗਿਨਤੀ ਕਹਾਣੀ ਦੇ ਲੇਖਕ tartar ਸਿੰਘ ਦੁੱਗਲ ਇਹ ਕਥਨ ਸਹੀ ਹੈ ਜਾਂ ਗਲਤ ਦੱਸਣਾ ਤੁਸੀਂ ਮਨਜੀਤ ਨਿਹਾਲ ਕੌਰ ਨੂੰ ਕਿਸ ਦੀ ਧੀ ਵਿਆਹਣ ਦੀ ਸਲਾਹ ਦਿੰਦੀ ਹੈ ਬੁੱਲੇ ਸ਼ਾ ਕਿਸ ਕਾਫਤਾਰ ਨਾਲ ਸੰਬੰਧਿਤ ਹੈ ਠੀਕ ਹੈ ਇਹ ਤੁਸੀਂ ਦੱਸਣਾ then ਅੱਗੇ ਆ ਗਿਆ ਤੀਜੇ ਪ੍ਰਸ਼ਨ ਦੇ ਵਿੱਚ ਤੁਹਾਡੇ ਕੋਲ ਪ੍ਰਸੰਗ ਸਹਿਤ ਵਿਆਖਿਆ ਤੁਸੀਂ ਦੋ ਤੋਂ ਤੁਹਾਨੂੰ ਪ੍ਰਸੰਗ ਸਹਿਤ ਵਿਆਖਿਆ ਦਿੱਤੇ ਹੋਏ ਦੋਨਾਂ 'ਚੋਂ ਤੁਸੀਂ ਪ੍ਰਸੰਗ ਵੀ ਲਿਖਣਾ ਵਿਆਖਿਆ ਵੀ ਲਿਖਣੀ ਆ ਦੋ ਨੰਬਰ ਪ੍ਰਸੰਗ ਦੇ ਤਿੰਨ ਨੰਬਰ ਵਿਆਖਿਆ ਦੇ ਆ then ਚੌਥੇ ਪੁਆਇੰਟ ਦੇ ਵਿੱਚ ਤੁਹਾਡੇ ਕੋਲ ਕੇਂਦਰੀ ਭਾਵ ਆ ਗਿਆ ਕੇਂਦਰੀ ਭਾਵ ਲਿਖਣਾ ਤੁਹਾਡੇ ਕੋਲ ਦੋ ਨੇ ਦੋਨਾਂ ਵਿੱਚੋਂ ਇੱਕ ਦਾ ਲਿਖਣਾ ਤਾਂ ਤੁਹਾਡੇ ਕੋਲ ਆ ਗਿਆ ਲੇਖ ਕਹਾਣੀ ਵਿੱਚੋਂ ਕਿਸੇ ਇੱਕ ਦਾ ਸਾਰ ਲਿਖਣਾ 4 ਅੰਕ ਦਾ ਵਾ ਤੁਰਨ ਦਾ ਹੁਨਰ ਆ ਜਾਂ ਫਿਰ ਇੱਕ ਪੈਰ ਕੱਟ ਤੁਰਨਾ ਦੋਨਾਂ ਦੇ ਵਿੱਚੋਂ ਇੱਕ ਲਿਖਣਾ ਸੌਰੀ ਜਾਂ ਇੱਕ ਦੇ ਪ੍ਰਸ਼ਨਾਂ ਦੇ ਉੱਤਰ ਦੇਣੇ ਛੇਵੇਂ ਪਾਰ ਦੇ ਵਿੱਚੋਂ ਦੋ ਕੁਐਸ਼ਨ ਨੇ 4 ਨੰਬਰ ਦਾ ਫਿਰ ਸੱਤਵੇਂ ਵਿੱਚ ਤੁਹਾਡੇ ਕੋਲ ਆ ਗਿਆ ਪਾਤਰ ਚਿੱਤਰਣ ਨਿਹਾਲ ਕੋਰ ਤਾਰੋ 5 ਨੰਬਰ ਦਾ ਥੈਨ ਅੱਗੇ ਤੁਹਾਡੇ ਕੋਲ ਹੈਗਾ ਵਾਰਤਾਲਾਪ ਦੇ ਕੁਐਸ਼ਨ ਨੇ ਤੁਹਾਨੂੰ ਆ ਗਏ ਪ੍ਰਸਾ ਕਹਾਣੀ ਵਿੱਚੋਂ ਇੱਕਾਂਗੀ ਵਿੱਚੋਂ ਤੈਨ ਨੰਬਰ ਦਾ then ਨੋ ਆਪਾ ਤੋਂੜ ਕੋ ਲਿਆ ਕਾ ਪ੍ਰਸੰਗ ਸਹਿਤ ਵਿਆਖਿਆ ਇਹ ਤੁਹਾਨੂੰ ਆ ਗਿਆ ਜਿਹੜਾ ਤੁਹਾਡੇ ਕੋਲੇ ਨਾ ਵਾਲਾ ਇੱਕ ਹੋਰ ਨਵਾਂ ਸਾਲ ਉਹਨਾਂ ਵਿੱਚੋਂ ਕੁਐਸਚਨ ਹੈ ਠੀਕ ਹੈ ਇਹ ਸਿਰੋਡਾ ਲਾਸਟ ਕੁਐਸਚਨ ਜਿਹੜਾ ਕਿ ਨੋਮਾ ਨੋ ਕੁਐਸਚਨ ਤੁਹਾਨੂੰ ਪੁੱਛਿਆ ਜਾਣੀ ਹੈ ਪੇਪਰ ਦੇ ਵਿੱਚ ਸੋ 올 ది ਬੈਸਟ ਇਗਜ਼ਾਮ ਦੀ ਤਿਆਰੀ ਕਰੋ ਆਪਣੇ ਸਿਲੇਬਸ ਦੀ ਉਸ ਤੋਂ ਵਾਸਤੇ ਇਸ ਨੂੰ ਹੱਲ ਕਰਕੇ ਦੇਖੋ ਧੰਨਵਾਦ